ਤੁਹਾਡੇ ਲਈ ਇੱਕ ਰਿਐਕਸ਼ਨ ਵੀਡੀਓ ਲੈ ਕੇ ਆਇਆ ਵਾਂ ਤੇ ਅਸੀਂ ਅੱਜ ਰਿਐਕਸ਼ਨ ਦੇਣ ਜਾ ਰਹੇ ਹਾਂ ਮੰਜੀ ਬਿਸਤਰੇ 2 ਦੇ ਟ੍ਰੇਲਰ ਤੇ। ਤੇ ਮੰਜੀ ਬਿਸਤਰੇ 2 ਦੇ ਟ੍ਰੇਲਰ ਦੇ ਵਿੱਚ ਮਤਲਬ ਕਿ ਕਾਸਟ ਹੈ ਗਿੱਪੀ ਗਰੇਵਾਲ, ਸਿਮੀ ਚਾਲ, ਬਲਜੀਤ ਸਦਿਓ। ਤੇ ਦੋਸਤੋ ਮੰਜੀ ਬਿਸਤਰੇ 1 ਜਿਹੜਾ ਇੱਕ ਬਿਹਤਰੀਨ ਮੂਵੀ ਸੀ ਉਹ ਤੇ ਅਸੀਂ ਵੇਖੀ, ਮਤਲਬ ਕਿ ਇੰਜੋਏਬਲ ਸੀ, ਬੜਾ ਫੈਮਿਲੀ ਮੂਵੀ ਸੀ। ਇਹ ਦੇਖਦੇ ਹਾਂ ਕਿ ਇਹ ਇਹਦਾ ਟ੍ਰੇਲਰ ਕਿਸ ਤਰ੍ਹਾਂ, ਟ੍ਰੇਲਰ ਤੋਂ ਪਤਾ ਚੱਲ ਜਾਏਗਾ ਕਿ ਕਿਸ ਤਰ੍ਹਾਂ ਦੀ ਮੂਵੀ ਹੈ। ਅਤੇ ਉਮੀਦ ਕਰਨਾ ਤੁਹਾਨੂੰ ਪਸੰਦ ਆਏਗੀ। ਅਤੇ ਦੋਸਤ ਦੂਸਰੀ ਗੱਲ ਇਹ ਵੇ ਕਿ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਸ਼ੁਰੂ ਕਰਨੇ ਹਾਂ ਅਸੀਂ ਆਪਣਾ ਰਿਐਕਸ਼ਨ, ਉਸ ਤੋਂ ਬਾਅਦ ਰਿਵਿਊ ਦੇਣੇ ਆ ਕਿ ਟ੍ਰੇਲਰ ਕੈਸਾ ਲੱਗਾ। ਇਹੀ ਵਿਆਹ ਜੇ ਪੰਜਾਬ 'ਚ ਧਰਿਆ ਹੁੰਦਾ, ਪਿੰਡ 'ਚੋਂ ਮੰਜੇ ਬਿਸਤਰੇ ਇਕੱਠੇ ਕਰਦੇ, ਸਾਰੇ ਰਿਸ਼ਤੇਦਾਰ ਭੈਣਾਂ ਭਾਈਆਂ ਨਾਲ ਇਕੱਠੇ ਪੈਂਦੇ, ਰੌਣਕਾਂ ਲੱਗਣੀਆਂ ਥੀਆਂ। ਓਏ ਆ ਝੂਠੇ ਸਾਧੂ ਦੀਆਂ ਗੱਲਾਂ ਤੇ ਨਾ ਜਾਇਓ, ਰੌਣਕਾਂ ਐਤਕੀ ਵੀ ਲੱਗਣਗੀਆਂ, ਭੱਠੀ ਐਤਕੀ ਵੀ ਲੱਗੂਗੀ ਤੇ ਮੰਜੇ ਬਿਸਤਰੇ ਤਾਂ ਇਕੱਠੇ ਹੋਣਗੇ ਹੀ ਹੋਣਗੇ, ਪਰ ਕੈਨੇਡੇ 'ਚ। Excuse me, astra vyas sire nahi chadna. Oh ta hi ta main kehnda si Punjab ja ke vyah kariye. Mere kol ik tarika hor hai. Paon ka. Wow 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 wow. Oye bachi na. ਜਿੰਨੀ ਦੇਰ ਵਿਆਹ ਦਾ ਇੱਕ ਇੱਕ ਕੰਮ ਬੰਦਾ ਆਪਣੇ ਹੱਥੀ ਨਹੀਂ ਕਰਦਾ, ਫਿਰ ਉਹ ਕਾਹਦਾ ਵਿਆਹ? ਓਏ ਮੈਂ ਤਾਂ ਆਪ ਆਪਣੇ ਹੱਥੀ ਲੱਡੂ ਬੱਚਨ ਨੂੰ ਤਰਸ ਗਿਆ। ਓ ਬਾਪੂ ਤੂੰ ਲੱਡੂ ਛਿੱਕੂ ਵਟਣੇ, ਤੂੰ ਤਾਂ ਸਬੂਤਾ ਲੱਡੂ ਹੱਥ 'ਚ ਫੜ ਲੈ, ਜਿੰਨੇ ਤੇਰੇ ਹੱਥ ਕੰਬਦੇ ਤੂੰ ਤੇ ਉਹਦੀ ਬੂੰਦੀ ਬਣਾ ਦੇ। ਹਵੇਂ ਆ ਗਏ ਵਿੱਚ ਕੈਨੇਡਾ ਜੀ, ਵਿਰਸੇ ਨੂੰ ਮਹਾਰੇ ਠੇਡਾ ਨਹੀਂ। ਕੀ ਨਾ ਵੀਰੇ? ਸਿੰਗਾਰਾ। ਕੀ ਦੇਣਾ ਪੈਂਦਾ? ਵੈਸੇ ਤਾਂ ਇਕੱਲਾ ਹੀ ਪੈਂਦਾ ਵੀਰੇ, ਜੇ ਹੈ ਕੋਈ ਇੰਤਜ਼ਾਮ ਤਾਂ ਦੱਸੋ। ਦਾਰੂ ਦੀ ਭੱਠੀ ਲਾ ਲੋ, ਕਦੀ ਕਹਿੰਦਾ ਭੰਗ ਦੇ ਪਕੌੜੇ ਤਲ ਲੋ, ਤੁਸੀਂ ਵਿਆਹ ਕਰਨਾ ਕਿ ਨਸ਼ੇ? ਅਸੀਂ ਤਾਂ ਨਸ਼ੇ ਹੀ ਕਰਨੇ ਬਹੁਤ। ਉਹ ਵੈਡਿੰਗ ਪਲੈਨਰਾ ਮੁਰਗਾ ਨਹੀਂ ਬਣਾਇਆ? ਹਲੇ ਕਿਸੇ ਨੇ ਗਲਤੀ ਨਹੀਂ ਕੀਤੀ, ਮੁਰਗਾ ਕਿਵੇਂ ਬਣਾਦਾ? ਮੈਂ ਤੇਰੇ ਲਈ ਸੀਰੀਅਸ ਹੋ ਗਿਆ ਭਾਬੀ। ਇਦਾਂ ਕਿਦਾਂ ਸੀਰੀਅਸ ਹੋ ਗਿਆ? ਪਿੰਡ 'ਚ ਕੋਈ ਕੁੜੀ ਮੇਰੇ ਲਈ ਮਾੜਾ ਜਿਹਾ ਦੇਖ ਕੇ ਹੱਸ ਜਾਂਦੀ ਸੀ, ਮੈਂ ਤਾਂ ਉਹਦੇ ਲਈ ਸੀਰੀਅਸ ਹੋ ਜਾਂਦਾ ਸੀ। ਤੂੰ ਤਾਂ ਸ਼ਰੇਆਮ ਮੈਨੂੰ ਆ ਕੁਰਸੀ ਤੇ ਬਿਠਾ ਕੇ ਗੰਦੀਆਂ ਗੱਲਾਂ ਕੀਤੀਆਂ ਨੇ, ਤੇਰੇ ਪਿੱਛੇ ਤਾਂ ਮੈਂ ਲਿਟਦਾ ਫਿਰੂੰਗਾ। ਸੁੱਖੀ ਜੀ ਰਾਣੋ ਨਾਲ ਗਾਟੀ ਹੈ। ਸੁੱਖੀ ਦੀ ਰਾਣੋ ਨਾਲ ਗਾਟੀ ਹੈ? ਆਪਣਾ ਸੁੱਖੀ ਨਾ, ਉਹਦੀ ਰਾਣੋ ਨਾਲ ਗਾਟੀ ਹੈ। ਬਾਪੂ ਤੇਰੇ ਢਿੱਡ 'ਚ ਕੋਈ ਗੱਲ ਨਹੀਂ ਪੱਜਦੀ? ਬਾਪੂ ਤੂੰ ਹੀ ਨਾ, ਵੈਸੇ ਗੱਲ ਸੁਣ ਕੇ ਤਾਂ ਇਨੋ ਪੀ ਲਿਆ ਘਰ ਉਤੋਂ। ਉਹ ਫਲਾਨੇਰਾ ਜਾ ਲਿਆ ਘਰ ਦੀ ਕੱਢੀ ਹੋਈ ਅੰਦਰੋਂ। ਆਲੋ ਜੀ ਕੀ ਆ ਹੈ? ਘਰ ਦੀ ਕੱਢੀ ਹੋਈ ਹੈ ਜੀ, ਇਹਦੇ ਘਰ ਵਾਲੇ ਨੇ ਇਹਨੂੰ ਕੱਢਿਆ ਹੋਇਆ। ਤੂੰ ਮੈਥੋਂ ਚ ਪੈੜਾ ਨਾ ਖਾਲੀ, ਮੈਂ ਤੇਰੀ ਚਿੱਟੀ ਦਾੜੀ ਦਾ ਲਿਹਾਜ਼ ਕਰਦਾ ਨਹੀਂ, ਮੈਂ ਢਾਬ ਵੀ ਲੈਣਾ ਹੀ ਫੜ ਕੇ ਇੱਥੇ। ਓਏ ਬੰਦਾ ਕੌਣ ਹੈ? ਮੈਂ ਪਿਓ ਲੱਗਦਾ ਤੇਰਾ। ਸਾਰੇ ਸਾਹਮਣੇ ਉਹਨਾਂ ਨੂੰ ਗਾਲਾਂ ਕੱਢੀਆਂ ਨੇ, ਜੇ ਇਕੱਲੇ ਚ ਕੱਢੀਆਂ ਹੁੰਦੀਆਂ ਤਾਂ ਵੀ ਸੀ। ਗੱਲ ਤਾਂ ਤੇਰੀ ਠੀਕ ਹੈ, ਕਾਸ਼ ਮੈਂ ਤੇਰੇ ਡੈਡ ਨੂੰ ਕੱਲਿਆਂ ਚ ਗਾਲਾਂ ਕੱਢੀਆਂ ਹੁੰਦੀਆਂ। ਸੁੱਖੀ ਮੰਜੇ ਬਿਸਤਰੇ ਅੱਜ ਬਹਿ ਕੇ ਝਾੜੀ ਵਿੱਚ ਡਾਉਣੇ ਆ ਜੀ, ਮੰਜੇ ਬਿਸਤਰੇ ਅੱਜ ਪਿਛਲੇ ਵਿਹੜੇ ਵਿੱਚ ਡਾਉਣੇ ਆ ਜੀ, ਮੰਜੇ ਬਿਸਤਰੇ ਹੋ ਮੰਜੇ ਬਿਸਤਰੇ ਮੰਜੇ ਬਿਸਤਰੇ। ਸਾਹ ਚੈੱਕ ਕਰ, ਸਾਹ ਤਾਂ ਚੱਲ ਰਿਹਾ। ਬਾਪੂ ਜੀ ਦੁੱਧ ਉਹ ਚੜ ਕੇ ਚੋਲਿਓ ਹੁਣ। ਓਏ ਆਉਂਦੀ ਵਿਸਾਖੀ ਨੂੰ ਫੇਰ ਇਕੱਠੇ ਕਰਾਂਗੇ ਮੰਜੇ ਬਿਸਤਰੇ। ਪਾਲ ਕੰਨੇ ਜੈ ਚ ਚੰਗਾ ਜੀ, ਸਤਿ ਸ੍ਰੀ ਅਕਾਲ। ਹਾਂਜੀ ਲੋ ਦੋਸਤੋ, ਮੂਵੀ ਯਾਰ ਟ੍ਰੇਲਰ ਦੇਖਿਆ, ਮੂਵੀ ਤਾਂ ਬਹੁਤ ਵਧੀਆ ਮੂਵੀ ਲੱਗੀ ਹੈ ਮੈਨੂੰ, ਤੇ ਅਸੀਂ ਦੇਖਾਂਗੇ। ਫੈਮਿਲੀ ਮੂਵੀ, ਇੰਡੀਅਨ ਮੂਵੀਆਂ ਹੁੰਦੀਆਂ ਫੈਮਿਲੀ ਨੇ, ਫੈਮਿਲੀ ਦੇ ਵਿੱਚ ਬੈਠ ਕੇ ਬੰਦਾ ਦੇਖ ਸਕਦਾ। ਔਰ ਕੋਈ ਵੀ ਸਪੈਸ਼ਲੀ ਗਿੱਪੀ ਗਰੇਵਾਲ ਦੀ ਮੂਵੀ ਆਏ ਤੇ ਉਹ ਵੇਟ ਕਰੀਦਾ ਕੋਈ ਮੂਵੀ ਆਏ ਮਾਰਕੀਟ ਦੇ ਵਿੱਚ, ਤੇ ਫਿਰ ਫੈਮਿਲੀ ਦੇ ਨਾਲ ਬੈਠ ਕੇ ਦੇਖੀਏ, ਕਿਉਂਕਿ ਹਾਲੀਵੁੱਡ ਜਾਂ ਬਾਲੀਵੁੱਡ ਮੂਵੀ ਉਹ ਵੇਟ ਕਰੀਦਾ ਕੋਈ ਪੰਜਾਬੀ ਮੂਵੀ, ਥੋੜ੍ਹਾ ਜਿਹਾ ਇੰਟਰਟੇਨ ਹੋ ਜਾਂਦੀ ਹੈ ਫੈਮਿਲੀ ਵੀ। ਅਤੇ ਪੰਜਾਬੀ ਮੂਵੀ ਦੀ ਸਪੈਸ਼ਲੀ ਵੇਟ ਕਰੀਦੀ, ਕੋਈ ਅੱਛੀ ਮੂਵੀ ਆਏ ਤਾਂ ਉਹਨੂੰ ਅਸੀਂ ਫੈਮਿਲੀ ਦੇ ਨਾਲ ਦੇਖ ਕੇ ਇੰਜੋਏ ਕਰੀਏ। ਅਤੇ ਦੂਸਰੀ ਗੱਲ ਇਹ ਵੇ ਕਿ ਇਹਦੀ ਮੰਜੀ ਬਿਸਤਰੇ 1 ਜਿਹੜੀ ਮੂਵੀ ਸੀ ਉਹ ਵੀ ਕਾਫੀ ਦਫ਼ਾ ਦੇਖੀ ਹੈ ਮੈਂ, ਬਲਕਿ ਅਸਾਂ ਸਾਰੀ ਫੈਮਿਲੀ ਨੇ ਦੇਖੀ ਹੈ, ਕਾਫੀ ਅੱਛੀ ਮੂਵੀ ਸੀ। ਔਰ ਮੰਜੀ ਬਿਸਤਰੇ 2 ਜਿਹੜੀ ਹੈ ਉਹਦੇ ਟ੍ਰੇਲਰ ਤੋਂ ਵੀ ਲੱਗ ਰਿਹਾ ਕਿ ਯਾਰ ਬੰਬ ਮੂਵੀ ਹੋਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਠੀਕ ਹੈ, ਇਹ ਡਾਇਰੈਕਸ਼ਨ ਮੇਰੇ ਖਿਆਲ ਦੇ ਵਿੱਚ ਪਹਿਲੇ ਡਾਇਰੈਕਟਰ ਦੀ ਕੀਤੀ ਹੋਣੀ ਹੈ, ਡਾਇਰੈਕਟਰ
ਡਾਇਰੈਕਟਰ ਬਲਜੀਤ ਸਿੰਘ ਦਿਓਲ ਮੇ ਬੀ ਯਾਰ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈ ਕਿ ਪਹਿਲੀ ਮੂਵੀ ਵੀ ਇਹਨਾਂ ਹੀ ਡਾਇਰੈਕਟ ਕੀਤੀ ਸੀ ਜਾਂ ਕੋਈ ਹੋਰ ਡਾਇਰੈਕਟਰ ਸੀ ਲੇਕਿਨ ਇਹਦੀ ਕੁਆਲਿਟੀ ਦੇਖ ਕੇ ਮੂਵੀ ਦੀ ਪਤਾ ਚੱਲ ਰਿਹਾ ਕਿ ਯਾਰ ਕਾਫੀ ਅੱਛੀ ਡਾਇਰੈਕਸ਼ਨ ਹੋਈ ਹੈ ਮੂਵੀ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੀ ਅਤੇ ਮੈਨੂੰ ਨਾਲ ਕਮੈਂਟ ਦੇ ਵਿੱਚ ਦੱਸਿਆ ਜੇ ਕਿ ਅਗਰ ਕਿਸੇ ਹੋਰ ਮੂਵੀ ਦੇ ਉੱਤੇ ਕਿਸ ਮੂਵੀ ਦੇ ਉੱਤੇ ਇਸ ਡਾਇਰੈਕਸ਼ਨ ਵੀਡੀਓ ਲੈ ਕੇ ਆਉਂਦਾ।